ਦੀ ਰਹੀ ਫੇ ਕਲਾਸ ਬੜੀ ਵਧੀਆ ਵਿੱਕੀ ਮੇਰੀ ਗੱਲ ਸੁਣ ਹਾਂ ਮੈਨੂੰ 버ਗਰ ਖਵਾਲ ਦੋ 버ਗਰ ਖਾਣਾ ਵਾ ਹਾਂਜੀ ਚੱਲ ਇਹ ਕਿਹੜੀ ਗੱਲ ਕੀਤੀ 버ਗਰ ਖਵਾਲ ਦਿੰਨੇ ਆ ਫਿਰ ਚੱਲ ਬੈ ਫਿਰ ਮੈਂ ਆ ਕੇ ਲੈ ਗਿਆ ਚੰਗਾ बैठो मैं तुहाडे वास्ते पानी लै के आवां चंगा विक्की प्रीत नूं लैण गया आ ते कवर मोटर ते आ ठीक मम्मी जीना पाईया होंदिया तुसीं भूए चढ़ाया वा लगन नहीं दी घर दी नौ धी आए मेरे सहुरे हुंदी ते हुण मैनूं कदे दा घरों कढ देना है चल पुत्तर कोई गल नहीं पखंड फड़िया तुसीं कहिंदे ही नहीं कुछ चल कोई नहीं मैं कहांगी समझा इहनूं मेरे वास पाओ वेखो मैं इहनूं किदां सुधारदी आ जदों बाहर पुर चल जूगी ना उहनूं कि उत्थे पा लिया करे इत्थे बिलकुल नहीं इह काम करना मेरे सहुरे वेखण ते इहनूं की आखण कि तेरी भरजाई दादी आ ना सूट पाया करे सिर ते चुन्नी लिया करे मैं अपने सहुरे एक मिनट नहीं सिर ते चुन्नी लाउंदी अगले आहरा दी इज्जत करदे आ मेरी किते सिर ते नहीं लैंदा पता ही नहीं इहनूं चल कोई नहीं मैं हुण इहनूं पुत कहांगी कि इदां दी ड्रेस ना पाया कर कहना कीता तुसीं कदों वड्डिया पड़ाकू शोशे करदी आ फैशन नहीं माण इहनां अपने ਅਹੀਂ ਆਏ ਦੋ ਘੜੀਆਂ ਮਿਲ ਲਵੇ ਹੁਣ ਅਗਲੇ ਦਾ ਲੜਾਈ ਨਾ ਭਾਜੀ ਜਾਣ ਲੱਗੀ ਕੀ ਗੱਲ ਮੇਰੇ ਪੇਕੇ ਨਹੀਂ ਆ ਮੈਂ ਨਹੀਂ ਮੇਰਾ ਹੱਕ ਕੋਈ ਨਹੀਂ ਹੈਗਾ ਇੱਥੇ ਗੱਲ ਕਰਨ ਦਾ
ਜਿਹੜਾ ਲਿਆ ਕੇ ਦਿੰਦਾ ਉਹਨੂੰ ਨਹੀਂ ਕੋਈ ਤਰਾਜ ਤੈਨੂੰ ਕਿਉਂ ਪ੍ਰੋਬਲਮ ਆ ਕੋਈ ਮੈਨੂੰ ਤਾਂ ਹੈਗੀ ਆ ਪ੍ਰੋਬਲਮ ਮੈਨੂੰ ਤਾਂ ਹੁੰਦਾ ਗੁੱਸਾ ਮੈਂ ਇਹੋ ਜਿਹਾ ਕੰਮ ਕੀਤਾ ਤੁਹਾਡੇ ਘਰ ਚਲੋ ਮੈਂ ਮੰਮੀ ਜੀ ਮੈਂ ਕੱਪੜੇ ਲੱਗੀ ਸੀ ਧੋਣ ਤੇ ਹੈਗੇ ਤੁਹਾਡੇ ਤੇ ਮੈਨੂੰ ਦੇ ਦਿਓ ਮੈਂ ਤੁਹਾਡਾ ਪਹਿਲਾਂ ਇੱਧਰ ਆ ਮੇਰੀ ਗੱਲ ਸੁਣ ਪ੍ਰੀਤ ਮੈਨੂੰ ਹੱਥ ਦੇ ਕੰਮ ਬਿਲਕੁਲ ਨਹੀਂ ਪਸੰਦ ਹੈ ਮੰਮੀ ਕਿਹੜੇ ਕੰਮ ਮੈਨੂੰ ਤੇਰੀ ਇੱਦਾਂ ਦੀ ਡਰੈਸ ਬਿਲਕੁਲ ਨਹੀਂ ਚੰਗੀ ਲੱਗਦੀ ਸੋਹਣੇ ਸੂਟ ਪਾਇਆ ਕਰ ਮੰਮੀ ਆ ਕਿੱਦਾਂ ਦੀ ਤੁਸੀਂ ਗੱਲ ਕਰਦੇ ਪਏ ਆ ਤੁਹਾਨੂੰ ਪਤਾ ਸ਼ੁਰੂ ਤੋਂ ਪਹਿਲਾਂ ਵੀ ਮੈਂ ਇੱਦਾਂ ਦੀ ਪਾਉਂਦੀ ਰਹੀ ਹਾਂ ਤੇ ਬਾਕੀ ਜਦੋਂ ਵਿਆਹ ਸ਼ਾਦੀ ਜਾਂਦੀ ਉਹਨੂੰ ਸੂਟ ਪਾਉਂਦੀ ਹਾਂ ਨਾਲੇ ਘਰ ਦੇ ਕੰਮ ਕਰਨੇ ਹੁੰਦੇ ਤੁਹਾਨੂੰ ਪਤਾ ਫਿਰ ਔਖ ਹੁੰਦੀ ਆ ਉਹਨਾਂ ਕੱਪੜਿਆਂ ਦੇ ਵਿੱਚ ਹੋਇਆ ਕਿਤੇ ਰਾਤ ਨੂੰ ਸੌਣ ਲੱਗਿਆ ਕਿਤੇ ਪਾ ਹੀ ਲਏ ਤੈਨੂੰ ਪਤਾ ਫਿਰ ਲੋਕ ਵੀ ਬਾਹਰ ਗੱਲਾਂ ਕਰਦੇ ਆ ਨੌ ਧੀ ਆ ਤੂੰ ਮੰਮੀ ਇੱਦਾਂ ਥੋੜ੍ਹਾ ਹੁੰਦਾ ਵਾ ਜਦੋਂ ਤੁਸੀਂ ਗੱਲਾਂ ਕਰਦੇ ਲੋਕਾਂ ਦੀਆਂ ਗੱਲਾਂ ਵੱਲ ਜਾਣਾ ਵਾ ਕਿ ਤੁਸੀਂ ਆਪਣੇ ਘਰ ਵੱਲ ਵੇਖਣਾ ਵਾ ਮੰਮੀ ਐਵੇਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਈ ਦਾ ਹੋਈ ਦਾ ਨਹੀਂ ਹਾਂ ਕੀ ਗੱਲ ਕੀਤੀ ਆ ਤੂੰ ਮੰਮੀ ਮੈਨੂੰ ਪਤਾ ਵਾ ਜਿਹੜੀਆਂ ਗੱਲਾਂ 'ਚ ਤੁਸੀਂ ਆਏ ਆ ਤੂੰ ਮੇਰੀ ਧੀ ਦੇ ਇਲਜ਼ਾਮ ਨਾ ਲਾ ਮੈਂ ਧੀ ਦੇ ਇਲਜ਼ਾਮ ਲਾਇਆ ਹੀ ਨਹੀਂ ਆ ਮੈਨੂੰ ਇਹ ਵੀ ਪਤਾ ਵਾ ਕਿ ਜਦੋਂ ਦੀਦੀ ਆਉਂਦੇ ਆ ਨਾ ਉਹਦੇ ਤੁਸੀਂ ਮੇਰੇ ਨਾਲ ਲੜਾਈ ਕਰਦੇ ਆ ਅੱਗੋਂ ਪਿੱਛੇ ਤੁਸੀਂ ਮੇਰੇ ਨਾਲ ਚੰਗੇ ਭਲੇ ਰਹਿੰਦੇ ਜੇ ਹਾਂ ਮਾਤਾ ਕੀ ਵੇਖੀ ਜਾਂਦੇ ਵੇਖਣਾ ਪੁੱਤ ਕੀ ਆ ਤੇ ਤੂੰ ਬੜਾ ਟਾਈਮ ਲਾਇਆ ਹੈ ਮਾਤਾ ਨਾਗਾ ਆ ਗਿਆ ਡੌਲ ਤੇ ਮੈਂ ਹਾਂ ਭਾਰੀ ਲਾਵਾਂ ਸਵਾਬੀ ਹੈ ਤੇ ਦਿਨ ਦਿਨੇ ਆਈ ਹੈ ਤੀ ਰਾਤ ਆਈ ਨਹੀਂ ਫੇਰ ਪੰਗਾ ਪੈ ਜਾਣਾ ਚੱਲ ਉਹ ਤੇ ਵਧੀਆ ਹੋ ਗਿਆ ਜੇ ਪੁੱਤ ਟਾਈਮ ਨਾ ਆ ਜਾਂਦਾ ਤੇ ਤੇਰੀ ਭੈਣ ਤੇ ਤੇਰਾ ਭਾਜੀ ਉਹ ਮਗਰੋਂ ਮਗਰੋਂ ਹੋ ਕੇ ਚੱਲ ਆਹੋ ਮੈਨੂੰ ਦੱਸਣ ਡਿਆ ਵਿੱਕੀ ਪਰ ਹੁਣ ਫਿਰ ਇਹੋ ਜਿਹਾ ਵੇਲਾ ਵੀ ਵਾਰ ਵਾਰ ਨਹੀਂ ਨਾ ਲੱਭਦਾ ਕਣਕ ਦੇ ਮੌਕੇ ਦੇ ਉੱਤੇ ਆਈ ਹੈ ਭਰਨੀ ਪੈਣੀ ਸੀ ਹਾਂ ਚਲੋ ਉਹ ਸੋਹਣਾ ਆਹੋ ਹੋਰ ਰੋਟੀ ਖਾਲੀ ਖਾਲੀ ਚਲ ਚੰਗਾ ਫੋਨ ਆਈ ਜਾਂਦਾ ਇਹਨੇ ਬੜਾ ਤੰਗ ਕੀਤਾ ਸਵੇਰ ਦਾ ਹਾਂਜੀ ਹੋ ਗਿਆ ਕੰਮ ਕਰ ਹੋ ਗਿਆ ਸਾਰੇ ਕੀ ਗੱਲ ਆ ਬੜੀ ਸੈਡ 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 ਹੀ ਹੋਣਾ ਵਾ ਮੰਮੀ ਹਰ ਵੇਲੇ ਮੇਰੇ ਕੱਪੜਿਆਂ ਦੇ ਦਿਵਾਲੇ ਹੋਏ ਰਹਿੰਦੇ ਆ ਤੂੰ ਇੱਦਾਂ ਦੇ ਕੱਪੜੇ ਕਿਉਂ ਪਾਉਂਦੀ ਆ ਇਵੇਂ ਕਿਉਂ ਕਰਦੀ ਆ ਜਦੋਂ ਕੋਈ ਆ ਜਾਂਦਾ ਨਾ ਉਹਦੇ ਮੰਮੀ ਮੇਰੇ ਦਿਵਾਲੇ ਹੁੰਦੇ ਆ ਅੱਗੋਂ ਪਿੱਛੋਂ ਮੰਮੀ ਹਮੇਸ਼ਾ ਮੇਰੇ ਨਾਲ ਚੰਗੇ ਰਹਿੰਦੇ ਆ ਉਹ ਚੱਲ ਕੋਈ ਗੱਲ ਨਹੀਂ ਮੰਮੀ ਦਾ ਥੋੜ੍ਹਾ ਸੁਭਾਅ ਪਹਿਲੇ ਵੇਲੇ ਦਾ ਆ ਪਰ ਵਿੱਕੀ ਪਹਿਲਾਂ ਤਾਂ ਸਾਰਾ ਕੁਛ ਦੱਸਿਆ ਹੀ ਸੀ ਨਾ ਕਿ ਮੈਂ ਇੱਦਾਂ ਦੇ ਕੱਪੜੇ ਪਾਉਂਦੀ ਆ ਹੁਣ ਕਿਉਂ ਮੰਮੀ ਇੱਦਾਂ ਕਰਦੇ ਆ ਚੱਲ ਐਵੇਂ ਨਾ ਫਿਕਰ ਕਰਿਆ ਕਰ ਆਈਲੈਟਸ ਕਰ ਲੈਣੀ ਆ ਬਾਹਰ ਚਲ ਜਾਣਾ ਆਪਾਂ ਦੋਵਾਂ ਨੇ ਹੈ ਹੁਣ ਗੱਲਾਂ ਕਰਦੇ ਆ ਵੇਖ ਲਈ ਬਾਅਦ 'ਚ ਜਦੋਂ ਬਾਹਰ ਚਲ ਗਏ ਉਦੋਂ ਕੋਈ ਗੱਲਬਾਤ ਵੀ ਨਹੀਂ ਹੋਣੀ ਬਾਕੀ ਤੇਰੇ ਨਾਲ ਜਦੋਂ ਮੈਂ ਠੀਕ ਠਾਕ ਆਉਣਾ ਤੂੰ ਐਵੇਂ ਨਾ ਸਾਰਿਆਂ ਦੀ ਫਿਕਰ ਕਰਦੀ ਰਿਹਾ ਕਰ ਤੁਸੀਂ ਮੇਰੇ ਨਾਲ ਆ ਤਾਂ ਹੀ ਨਹੀਂ ਨਾ ਮੈਨੂੰ ਫਿਕਰ ਹੁੰਦੀ ਨਹੀਂ ਕਿ ਚੱਲ ਤੁਸੀਂ ਮੇਰੀ ਸਪੋਰਟ ਕਰਦੇ ਆ ਪਰ ਜਿੱਦਾਂ ਅੱਜ ਦੀਦੀ ਆਏ ਸੀ ਨਾ ਉਹੀ ਦੀਦੀ ਮੰਮੀ ਨੂੰ ਕਹਿ ਕੇ ਗਏ ਤੇ ਅੱਜ ਮੰਮੀ ਮੇਰੇ ਦਿਵਾਲੇ ਹੋ ਗਏ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰਿਆ ਕਰ ਤੂੰ ਆਪਣੀ ਆਈਲੈਟਸ ਵੱਲ ਧਿਆਨ ਦੇ ਠੀਕ ਆ ਤੇਰਾ ਟੈਸਟ ਬਸ ਪਾਸ ਹੋ ਜਾਏ ਤਾਂ ਆਪਾਂ ਬਾਹਰ ਚੱਲ ਜਾਈਏ ਦੋਵੇਂ ਜਣੇ ਵੇਖੀ ਸਾਰੇ ਜਾਣੇ ਬਾਅਦ 'ਚ ਨਾ ਇਹੋ ਹੀ ਤਰੀਫਾਂ ਕਰਿਆ ਕਰਨਗੇ ਤੇ ਤੂੰ ਗੱਲ ਕਰੀ ਜਿਹੜੇ ਸਾਨੂੰ ਨੁਕਸ ਕੱਢਦੇ ਆ ਗੱਲੀ ਗੱਲੀ ਗੱਲ ਦੇ ਵਿੱਚ Thank you.
ਇਹ ਨਹੀਂ ਬਾਜ ਹੁੰਦੀ ਆਪਣੇ ਕੰਮਾਂ ਤੋਂ ਕਿੱਡੀ ਜੀਨ ਪਾ ਕੇ ਕਿੱਦਾਂ ਉੱਚਾ ਜੁੰਡਾ ਕਰਕੇ ਤੇ ਗਈ ਆ ਪੈੜੀ ਲੱਗਣ ਡਈ ਆ ਹੈਲੋ ਪ੍ਰੀਤ ਹੋ ਗਈ ਕਲਾਸ ਕੰਪਲੀਟ ਤੇਰੀ ਅਤੇ ਉਹ ਇੱਦਾਂ ਕਰੀ ਅੱਜ ਨਾ ਆ ਜਾਈ ਤੂੰ ਬੱਸ ਫੜ ਕੇ ਮੈਂ ਚੱਲਿਆ ਕਿਤੇ ਥੋੜ੍ਹਾ ਕੰਮ ਪੈ ਗਿਆ ਮੈਨੂੰ ਹਾਂ ਹਾਂ ਚੱਲ ਠੀਕ ਆ ਆ ਜਾਈ ਚੱਲ ਠੀਕ ਆ ਰੋਟੀ ਪਾਣੀ ਬਸ ਮੇਰੇ ਮੰਮੀ ਦੀ ਆਹੀ ਗੱਲ ਨੀ ਚੰਗੀ ਲੱਗੀ ਜਿਹੜੇ ਇਹਨਾਂ ਨੇ ਮੈਨੂੰ ਬਹਾਨੇ ਨਾਲ ਕੰਮ ਦੱਸਿਆ ਸਿੱਧਾ ਮੈਨੂੰ ਦੱਸ ਦਿੰਦੇ ਆ ਮੰਮੀ ਮੈਂ ਛਾਤੀ ਚੱਲੀ ਆ ਮੈਨੂੰ ਠੰਡ ਜੀ ਲੱਗਣ ਡੀ ਆ ਘੜੀ ਕਿ ਧੁੱਪੇ ਬਹਿਵਾਂ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਮੇਰੀ ਧੀ ਦਾ ਹਾਂਜੀ ਠੀਕ ਠਾਕ ਮੰਮੀ ਤੁਸੀਂ ਸੁਣਾਓ ਵਧੀਆ ਕੀ ਕਰਨ ਡਈ ਆ ਉਹ ਨਹੀਂ ਮੈਂ ਬਸ ਫ੍ਰੀ ਹੋ ਕੇ ਮੈਂ ਕਿਹਾ ਚਲ ਗੱਲ ਕਰਦੀ ਮੰਮੀ ਨਾਲ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਅਤੇ ਵੀਰਾਂ ਦਾ ਸੁਣਾ ਦਿਓ ਕਿੱਦਾਂ ਠੀਕ ਠਾਕ ਜੇ ਵੀਰ ਠੀਕ ਨੇ ਵਿੱਕੀ ਤਾਂ ਬਾਹਰ ਗਿਆ ਅਤੇ ਕਵਲ ਘਰੇ ਹੀ ਆ ਅੱਛਾ ਠੀਕ ਆ ਅਤੇ ਪ੍ਰੀਤੀ ਭਾਬੀ ਕੀ ਕਰਨ ਡਈ ਆ ਪ੍ਰੀਤੀ ਭਾਬੀ ਤੇਰੀ ਆਖਣ ਡਈ ਮੈਂ ਮੰਮੀ ਛੱਤ 'ਤੇ ਚੱਲੀ ਹਾਂ ਧੁੱਪੇ ਦੇਖ ਲਾ ਫਿਰ ਨਹੀਂ ਨਾ ਉਹ ਵਰਜੀ ਰਹੀ ਮੰਮੀ ਪਾਇਆ ਤਾਂ ਉਹਨੇ ਉਹ ਹੀ ਹੋਣਾ ਵਾ ਨਾ ਟੀ ਸ਼ਰਟ ਅਤੇ ਪਜਾਮਾ ਅਤੇ ਤੁਸੀਂ ਉਹਨੂੰ ਉੱਤੇ ਕਲਾ ਦਿੱਤਾ ਵਾ ਤੁਸੀਂ ਕਿਉਂ ਨਹੀਂ ਉਹਨੂੰ ਵਰਜ ਕੇ ਰੱਖਦੇ ਨਾ ਉਹਨੂੰ ਕੋਠੇ 'ਤੇ ਚੜ੍ਹ ਦਿਆ ਕਰੋ ਅਤੇ ਨਾ ਉਹਨੂੰ ਗਲੀ 'ਚ ਜਾਣ ਦਿਆ ਕਰੋ ਇੱਦਾਂ ਦੇ ਕੱਪੜੇ ਉਹ ਪਾਉਂਦੀ ਹੈ ਤਾਂ ਮੈਨੂੰ ਨਹੀਂ ਇਹ ਕੰਮ ਚੰਗੇ ਲੱਗਦੇ ਸੋ ਸਾਡੇ ਚਾਚੇ ਤਾਏ ਉੱਥੇ ਖਲੋਤੇ ਹੁੰਦੇ ਆ ਅਤੇ ਕੀ ਗੱਲਾਂ ਕਰਨਗੇ ਸਾਨੂੰ ਚੱਲ ਪੁੱਤ ਕੋਈ ਨਹੀਂ ਉਹਨੂੰ ਮੈਂ ਸਮਝਾਉਂਦੀ ਹਾਂ ਇੱਦਾਂ ਦੇ ਨਾ ਪਾਇਆ ਕਰ
ਕੀ ਪਤਾ ਤੁਸੀਂ ਕਦੋਂ ਸਮਝਾਉਣਾ ਵਾ, ਤੁਸੀਂ ਤਾਂ ਸਮਝਾਉਂਦੇ ਨਹੀਂ, ਕਹਿੰਦੇ ਨਹੀਂ ਕੁਛ, ਬਸ ਜਦੋਂ ਮੈਂ ਤੁਹਾਨੂੰ ਕਹਿ ਦਿੰਦੀ ਉਦੋਂ ਨੂੰ ਤੁਸੀਂ ਗੱਲਾਂ ਕਰਦੇ ਆ, ਮੁੜ ਕੇ ਤਾਂ ਕੱਖ ਵੀ ਨਹੀਂ, ਚੇਤਾ ਭੁੱਲ ਜਾਂਦਾ ਤੁਹਾਨੂੰ ਘਰੇ। ਕੋਈ ਨਹੀਂ ਸਮਝਾਉਂਦੀ। ਕਿੱਡੀ ਭੂਏ ਚੜ੍ਹੀ ਆ, ਆਖੇ ਮਾਸਾ ਨਹੀਂ ਕਿਤੇ ਲੱਗਦੀ, ਪਾ ਲੈਂਦੀ ਟੀ ਸ਼ਰਟ ਪਜਾਮਾ ਤੇ ਕੋਠੇ ਤੇ ਚੱਲ ਜਾਂਦੀ, ਤੇ ਕਦੀ ਇਹਨੇ ਓਦਾਂ ਖਲੋਤੀ ਰਹਿੰਦੀ, ਕਿਤੇ ਚੁੰਨੀ ਨਹੀਂ ਕਿਤੇ ਕੁਛ ਨਹੀਂ। ਮੇਰੇ ਵਾਸਤੇ ਇਹਨੂੰ ਪਾਓ, ਇਹਨੂੰ ਮੈਂ ਕਰਾਂ ਜਰਾ ਸੂਤਰ। ਚੰਗਾ ਫਿਰ ਮੰਮੀ, ਭਾਦੀ ਹੋ ਗਈ ਕਿਤੇ। ਜਿੰਨਾ ਕੁ ਚਿਰ ਮੰਮੀ ਨੂੰ ਕਹਿ ਦਿਓ ਓਨਾ ਕੁ ਚਿਰ ਉਹਨੇ ਬਸ ਚਾਰਜ ਹੋ ਜਾਣਾ ਹੁੰਦਾ ਓਨਾ ਚਿਰ, ਤੇ ਮੁੜ ਕੇ ਫਿਰ ਉਹ ਕੁਛ। ਇਹਨੂੰ ਅੱਜ ਮੈਂ ਚੰਗੀ ਤਰ੍ਹਾਂ ਸਮਝਾਉਂਦੀ ਹਾਂ ਜਰਾ। ਹਾਂ ਕਿਹਦਾ ਨੰਬਰ? ਬਲਜੀਤ ਦਾ। ਤੂੰ ਕਰਨਾ ਬਲਜੀਤ ਦਾ ਨੰਬਰ? ਚੰਗਾ ਬਾਬਾ ਭੇਜ ਦਿੰਦਾ। ਓਕੇ ਵਟਸਐਪ ਭੇਜ ਦਿੰਦਾ ਵਾ। ਠੀਕ ਆ, ਜਦੋਂ ਕਾਲ ਕੱਟ ਕਰਦਾ ਉਦੋਂ ਭੇਜ ਦਿੰਦਾ। ਹੋਰ ਕਿਵੇਂ ਚੱਲਦਾ?